सोटी बड़े वाली सोटी चावा जरा खड़ो खड़ो मुंशी साहब खड़ो खड़ो सोटी आनी पड़ी खड़ो दे मुंशी को जानवर शानवर बारे मालूमात करनी है। अच्छा हुकम करो यार साडा डू गई है ना ते उतो गन के खीर देना ढेर उत्ता ढेर देना जी हां ठीक है चलो साडे कोल भाणे देन उता खीर घाट कर गन। अच्छा जी हां जितनी खुराक उन्ना दी आई उंदे बराबर खुराक है असा खुराक डबल लेती है उना को। अच्छा जी हां उना दा पता नहीं क्या मसला है। मसला ये उंदे भाई जाना के जानवर जे सफर कर के आंदे ना जी हार्ड उदा वो थका है उंदे। अच्छा क्योंकि वो खाड़ के आंदे बैठ के दा आंदा नहीं ना दो चार दिवाना पांच दिवाना हफ्ता लग वेने अपने रूटीन ते आंदे आंदे। अच्छा ठीक है ना ऐसा ऐसा रूटीन अपनी बल्दी सेट कर जगह नमी जी जी जगह नमी उठा तो उसको पता होने ना ने सा को तो कहीं डराए चाहे वो तो भाई वो तो खीर जमा की थी कहीं त्रै चार दिन डों दे नहीं तो आपको ना लौट के दे। अच्छा नहीं तू समझी खुराक ठीक रखी पे वे दो चार दिन देख गिनो। अच्छा अगर हाल थी ने तो ठीक है वाले को भी हाल सुझे सू। अच्छा मैं तो लग जू सू उन्होंने गाल बात करे जड़ी हो सी जी सामने आवे सी हमार भाई उन आठ पारी या 16 पारी जी जी या यानी के तू तो ढेर पारी खड़ा के तो अकुडो के दीती नहीं जी वो भी पता लग वे सी बाद ना दे रहते ना बंदे आंदे वेंदे रहने ना जी जाय डंगर बेचे ना उन कुल से कोई आंदा वेंदा सी ना बाल तस्दीक करे सु लाला भाई जड़ा है तो इमी गाल है आया के सच है जी आठ पारी 16 पारी करके देने पिन या सवेरे दूजे में शाम को ना को चेक करा के गेंद गिनो गेंद गिनो ਮਾਹਰ ਸਾਹਿਬ ਉਹਨਾਂ ਕੋਲ ਮੈਂ ਕਿਹਾ ਪੁੱਛੋ ਤਾਂ ਡੰਗਰ ਰੱਖੇ ਰੱਖਦਾ ਨਾ ਅਸਾਂ ਦਾ ਨਵਾਂ ਬੰਦਾ ਹੈ ਜੀ ਇਹ ਵਾਸਤੇ ਸਾਖ ਜ਼ਰਾ ਸਮਝ ਨਹੀਂ ਆਂਦੀ ਪਈ ਤੁਹਾਡੇ ਕੋਲ ਆ ਗਏ ਤੁਹਾਡੀ ਗੱਲ ਬਜਾ ਹੈ ਜੀ ਤੁਸੀਂ ਦੂ ਤਰੇ ਜੀ ਉਹਨਾਂ ਮਦੀਦ ਦੇਖੋ ਬਾਕੀ ਜਿਹੜੀ ਹੋ ਸੀ ਤੁਹਾਡੇ ਨਾਲ ਲੱਗੇ ਜੂ ਤੁਸੀਂ ਉਹਨਾਂ ਕੋਲ ਵੀ ਪਹੁੰਚ ਗਏ ਤੁਸੀਂ ਜੀ ਆਇਆ ਕਿ ਕੂੜ ਹਲਾਲ ਮਾਲਣਾ ਤਾਂ ਕੂੜ ਨਹੀਂ ਚੱਲਦਾ ਨਾ ਨਹੀਂ ਚੱਲਦਾ ਬਿਲਕੁਲ ਜਿਹੜੀ ਗੱਲ ਉਸੇ ਸਾਹਮਣੇ ਆਵੇ ਸੀ ਠੀਕ ਹੈ ਮਾਰ ਸਾਹਿਬ ਕੋਈ ਹਾਲ ਵੀ ਨਾ ਬਸ ਮਿਹਰ ਕੋਈ ਪਾਣੀ ਛਾਣੀ ਮੰਗਾਉ ਬੜੀ ਮਿਹਰਬਾਨੀ ਸਾਹਿਬ ਰੋਟੀ ਟੁੱਕਰ ਮੈਲ ਪੈ ਗਈ ਹੈ ਤੁਹਾਡੀ ਹਿੰਮਤ ਹੈ ਆਪੇ ਜਾਣੇ ਬਿਰਾ ਦੇ ਨੌਕਰ ਹੈ ਕੋਈ ਗਾਲ ਹੀ ਹੈ ਬੈਠੇ ਕਿਤ ਵਸ ਮਾਰ ਸਾਹਿਬ ਬੰਦਾ ਆਪਣਾ ਇਵੇਂ ਨਾ ਕੰਮ ਕਰਾਏ ਨੌਕਰੀ ਕਰੂੰ ਮਾਰ ਸਾਹਿਬ ਇਹ ਸ਼ੋਰ ਆਣਾ ਪਵੇ ਦੇ ਦੇ ਖੈਰ ਹੋਏ ਅਰੇ ਤਾਂ ਜਵਾਨ ਸਿਰ ਪੜੇ ਨਾ ਨੈਕ ਬੇਦਾ ਮਾਰ ਸਾਹਿਬ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਮਾਰ ਸਾਹਿਬ ਇਹ ਮੇਰੇ ਨਾਲ ਨਾ ਜ਼ਿਆਤੀ ਕੀਤੀ ਸਹੀਂ ਨਹੀਂ ਜ਼ਿਆਤੀ ਕੀਤੀ ਬਾਬਿਆ ਚਲੋ ਠੀਕ ਹੈ ਹੁਣ ਮੈਂ ਵੇ ਜੀ ਆ ਉਹ ਕੋਈ ਬੱਚਾ ਤਾਂ ਹੁੰਦੀ ਆ ਦਸਾਏ ਅਸਾਂ ਇਹਨੇ ਕੋਈ ਕੋਈ ਪੈਸੇ ਮੰਗੇ ਨਹੀਂ ਨਹੀਂ ਦਿੱਤੇ ਅੱਛਾ ਇਹ ਆਇ ਤੇ ਕੱਲ ਲਈ ਖੜਾ ਸਹੀਂ ਗਲ ਖੀਰ ਕੰਨ ਦੇ ਦਿੱਤੇ ਸਾਰਾ ਖੀਰ ਵੇਂ ਭਾਈ ਲੰਗਰ ਟੁੱਕ ਕੇ ਖੜਾ ਮੇਰੇ ਸੇ ਵਾਲ ਪੈਸੇ ਤਾਂ ਦੇਵੇਂ ਸਹੀਂ ਮੇਰੇ ਮੈਂ ਆਪ ਬੰਦੋ ਪਾਸ ਬੈਜਾ ਕਰਾਂ ਮੈਂ ਕੋ ਦਸਾਵੇਂ ਤਹਾ ਵਾਲ ਬਾਬਿਆ ਪੈਸੇ ਇਹਨੇ ਕੀ ਮੇਰੇ ਸੋ ਪੈਸੇ ਖੀਰ ਵਾਲੇ ਦੇ ਕੋ ਗੰਨੀ ਕੋ ਦੇਨੇ ਆ ਕਦਾਂ ਇਹ ਲਾਲਾ ਹੁਣੇ ਪੈਸੇ ਮਾਰ ਸਾਹਿਬ ਦਾ ਫੈਸਲਾ ਸੀ ਹੁਣ ਤਾਂ ਕਹਿਨੂ ਕੋ ਆਖੇ ਤੇ ਉਹਨਾਂ ਕੇ ਤੇ ਤੱਕ ਮੈਂ ਪਹਿਲੇ ਤਾਂ ਇਹ ਦੱਸੋ ਇਹ ਸਹੀ ਮੈਨੂੰ ਮਾਰਾ ਹੀ ਨਹੀਂ ਇਹਨਾਂ ਜੇ ਕਿ ਪੂਰਾ ਟੱਬਰ ਰਲ ਕੇ ਇਹਨਾਂ ਮਾਵਾਂ ਇਹਨਾਂ ਨੇ ਭੇਣੀਆਂ ਸਾਰੇ ਇਹਨਾਂ ਭਿਰਾ ਆਈ ਬੇ ਭੱਜ ਗਏ ਸਾਰੇ ਇਹੋ ਮੇਰੇ ਹੱਥੇ ਹੀ ਉਹ ਆ ਕੇ ਦੇਖੇ ਕੋਈ ਤਾਂ ਇੱਥੇ ਮੈਨੂੰ ਮਾਰੇ ਨੇ ਸਾਰੇ ਡੋਲੇ ਪਵੇ ਦੇ ਬਹੁਤ ਕਾਲਾ ਧੋਖਾ ਤੁਹਾਡਾ ਕੋਟ ਕੋਟ ਦਾ ਯਾਰ ਜੀ ਹਾਂ ਕੀ ਵਜਾ ਮਰੀਨਾ ਹੁੰਦਾ ਇਹਦਾ ਤਾਂ ਉਹ ਡਬਲ ਪੋਸੀ ਪੁੱਤਰ ਓਏ ਇਹ ਸਹੀ ਫੈਸਲਾ ਇਥਾ ਸੀ ਸਹੀ ਇਹਨਾਂ ਸਹੀ ਮੈਨੂੰ ਮਾਰੇ ਬੜੇ ਜ਼ੋਰ ਦਾ ਮਾਰੇ ਜੀ ਸਾਹਿਬਾ ਕਿਵੇਂ ਕਰੂ ਦਸਾ ਵਾਲ ਮਾਰ ਸਭ ਮੈਂ ਤਾਦਾ ਕੋਈ ਆ ਬਾਕੀ ਸਾਰੇ ਵੱਡੇ ਇਹਨਾਂ ਭਾਲ ਕੇ ਨਹੀਂ ਉਹ ਪਾਲ ਮੇਰੇ ਹੱਥੇ ਆ ਕੋਈ ਸਲਾਹ ਦੇ ਮੈਂ ਜਿਹੜੇ ਇਹਨਾਂ ਦਾ ਇਨਸਾਫ ਕਰੂਗਾ ਫੈਸਲਾ ਮਾਰ ਸਭ ਮੈਂ ਤਾਦਾ ਕੋਈ ਇਹੋ ਜਿਹਾ ਇਨਸਾਫ ਕਰੋ ਤਾਂ ਕਿ ਇਹ ਬਈ ਬੱਲੇ ਬੱਲੇ ਤੇ ਵਨੇ ਮਾਰ ਦੇ ਮੈਂ ਆਦਾ ਮੁੰਚੀ ਸਾਹਿਬ ਇੱਕ ਬੇਦਾ ਮਸ਼ਵਰਾ ਚੱਲਦੇ ਕੋ ਤੁਹਾਡੀ ਸਲਾਹ ਕੋ ਜਮੇਦੀ ਸਲਾਹ ਠੀਕ ਫੈਸਲਾ ਕਰਨ ਨੂੰ ਆਂ ਦਾ ਬਸ ਜਿਵੇਂ ਸਾਰੇ ਜਵਾਨ ਕੋ ਜੰਬੇ ਨੇ ਹਾਂ ਹੱਕ ਤਾਂ ਬੰਦੇ ਬਈ ਹੱਥੇ ਆਇਆ ਪਿਆ ਹੁਣ ਇੰਦੀ ਲਟਰੇਸ਼ਨ ਥੀ ਵੇ ਜਿਵੇਂ ਤੁਸੀਂ ਆਖੋ ਮੇਰਾ ਖਿਆਲ ਹੈ ਠੀਕ ਹੈ ਤੇ ਬਾਕੀ ਤੁਸੀਂ ਮਾਰੇ ਹੋ ਤਾਂ ਮੈਂ ਆਦਾ ਲਟਰੇਸ਼ਨ ਨਾ ਥੀ ਵੇ ਤਾਂ ਬਿਹਤਰ ਹੈ। अच्छा ओ पूछ क्यों लतरेशन थी मन नाल तले बैवन डुए बैवन पे बैवन डुए लतरेशन थी मन नाल ए के दुए जोड़ बड़ा बनना थी वैसे ठीक है ना ओ आसन वाल साकू मारे सी साकू फैसला गंडो ए आसन साकू मारे वाले साकू फैसला गंडो। अच्छा ए मुझे तो सलाह दी गाल है तो हुन तुहारी ना सही था मेरे को फैसला चाहिए जी हां मेरे को बड़े जोर दा मारे सुन ले तुहारी सुन ले
जी मैं आके मुंशी गरीब नाल इंसाफ तैयो को जाना तोड़ी गाल बजाए डाले ना आ दिन ना जितना उन एक कल लंग दा पिया ही ओ टबर पूरा ही हैं बाल जड़े एक कल लंग दे पसंद ए टबर पूरा उसी बारह देश के नौ वाले ने तो मारा नहीं बेचती है तो आप उसी में राजू कर रहे हैं मैं तो आदत है मेरे को फैसला करने के लिए मेरे पैसे हटा दे वैसे ही फैसला करो ਜਿੰਦ ਨਾਲੇ ਇਹ ਬਈ ਲੋਕ ਕੰਮ ਹਨ ਪਤਾ ਲੱਗੇ ਬਈ ਮਾਰ ਨੇ ਮੁੰਜੀ ਸਾਹਿਬ ਬਾਲ ਕੋ ਚਲੰਬਾ ਕਰ ਦੇ ਬਾਲ ਨੇ ਬੜਾ ਸਖਤ ਫੈਸਲਾ ਕੀਤਾ ਬਾਲ ਕੋ ਚਲੰਬਾ ਕਰ ਦੇ ਲੰਬਾਕਾਰੀ ਕੋ ਜਲਦੀ ਕਰ ਲੰਬਾ ਖਣੇ ਮੁੰਸ਼ੀਆ ਜਲਦੀ ਕਰ ਜੋ ਸੋ ਖਰੋਜ ਨਾ ਲੰਬਾਕਾਰੀ ਤੇ ਲੰਬਾ ਕਰ ਕੰਨ ਪਕੜ ਉਹ ਤੂੰ 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 ਵਾਲਾ ਆ ਕੇ ਲੰਬਾ ਕਰੋ ਇਕੂ ਰਸੀ ਕਿੱਥਾ ਹੈ ਰਸੀ ਚਾਹ ਵਾ ਰਸੀ ਚਾਹ ਜਲਦੀ ਕਰ ਜਲਦੀ ਆ ਤੇ ਜਲਦੀ ਆ ਲੰਬਾ ਕਰ ਮੁੰਸ਼ੀ ਤੂੰ ਕੋ ਲੰਬਾ ਕਰ ਹਾਂ ਬਈ ਤੇਰੀ ਕਿਵੇਂ ਜ਼ਰੂਰਤ ਹੈ ਯਾਰ ਤੇ ਮਾਰ ਦੇ ਬੰਦੇ ਕੋਈ ਓਕੀ ਤੇ ਹੈ ਦੂ ਚਾ ਚਾ ਟਲਾ ਮੁੰਛੇ ਆਈ ਕੋ ਸੁਤੇ ਘਰ ਗਲਾ ਲੰਬਾ ਕਰੋ ਲੰਬਾ ਕਰੋ ਇੱਕ ਲੰਬਾ ਛੋਟੀ ਵੱਡੇ ਵਾਲੀ ਛੋਟੀ ਚਾਵਾ ਜ਼ਰਾ ਖੜੋ ਖੜੋ ਮੁੰਛੇ ਖੜੋ ਖੜੋ ਛੋਟੀ ਆਂ ਦੀ ਕੀ ਖੜੋ ਦੇ ਮੁੰਛੇ ਕੋ ਉਈ ਅਬ ਹਟੇ ਨਾ ਅਬ ਹਟਾ ਕੈਮਰੇ ਦੇ ਹਟਾ ਪਾਉ ਤਰੇ ਸਾਈ ਓਏ ਨਾ ਸਾਈ हाँ पुत्र की मेरा नहीं करा सही तू पैसे देने हैं पैसे कर ले सो जुमेरात आल जाले जुमेरात जेडी आंधी पे जा चलो ठीक है मुंशी साहब बाल आते जुमेरात पैसे दे सू यार पैसे देवन ते एक बाल को गिनवा जन आया ए छोटा रे पे बोलता दोबारा ही तो तुड़े समय वाल बाल को मैं बात के बिला देते मैं ठीक है मुंशी साहब हुन तो सा फैसला करना मजीद लतरेशन ने सा कर देती सुथरी ठीक है ਉਹਨੇ ਕੋਈ ਵੱਡੇ ਕੋਲ ਸੜਵਾਵਾ ਬਲ ਮੁੰਚੀ ਜਾਵਾ ਸੜਵਾ ਹੋ ਯਾਰ ਵਾ ਇਹ ਲਾਲੇ ਕੋ ਦੇਣਾ ਮਜ਼ੀਦ ਮੇਰੇ ਖੀਰ ਦਾ ਟਾਈਮ ਦਿਨਾ ਪੇ ਬਾਕੀ ਫੈਸਲਾ ਤੁਸੀਂ ਆਪ ਕਰੋ ਮੈਂ ਵੇਲਾ ਪਿਆ ਖੀਰ ਤੇ ਮੇਰਾ ਟਾਈਮ ਹੈ ਪੂਰਾ ਸੂਰਾ ਹਮ ਤੇਰਾ ਬਦਲਾ ਪੂਰਾ ਠੀਕ ਹੋਣ ਰਾਜ਼ੀ ਹੈ ਬਾਕੀ ਤੁਹਾਡੇ ਸਿਰ ਤੇ ਸਹੀ ਮੈਂ ਕੋ ਆਪ ਮੇਰੇ ਪੈਸੇ ਗਿਨਾ ਕੇ ਦੇਣੇ ਬਾਕੀ ਫੈਸਲਾ ਤੁਸੀਂ ਆਪ ਕਰਨੇ ਬਾਬਿਆ ਤੇ ਕੋ ਪੈਸੇ ਜੁਮੇਰਾਤ ਮਿਲ ਵੈ ਸੇ ਇਹ ਨਾ ਦੇ ਸੇ ਤੇ ਮੈਂ ਦੇਤਾ ਮਾਰਦਾ ਹਾਂ ਭਾਈ ਠੀਕ ਹੈ ਬਿਆ ਕੋਈ ਹੁਕਮ ਮੈਂ ਵੇਲਾ ਤੇ ਮੈਂ ਕੋ ਦੇਤੇ ਮੈਂ ਦੇ ਖੀਰ ਤੇ ਵੇਲਾ ਪਿਆ ਠੀਕ ਹੈ ਹਾਂ जुमेरात को पैसे ना मिल देन मार साहब ने सी ठीक है सही दिया हुकुम मैं जुमेरात तारे को लासा बेफिक्र थी क्या मैं बया आज जुमेरात है आंधी जुमेरात आंधी जुमेरात ठीक है बया डेरे से ना जय है डेरे ठीक है दिया हुकुम मेहरबानी मुंशी साहब ठीक है फैसला हां ठीक है फैसला जैसे कोई गाल हो तो हुन सा चा मुंशी साहब बस बाल राजी है देसी जुमेरात हां नहीं तो मार साहब ने सी जबरदस्त दिया हुकुम जबरदस्त ਇਦੂ ਵਾਲਾ ਆ ਬਈ ਮਾਰ ਸਾਹਿਬ ਦੇ ਪੇਰੇ ਪੋ ਮਾਰ ਸਾਹਿਬ ਬੜੇ ਅੱਛੇ ਬੰਦੇ ਨੇ ਸਾਰੇ ਉਹ ਨਾ ਉਹ ਤਾਂ ਆਪਣਾ ਬਾਲ ਹੈ ਕੋ ਗਾਲ ਹੈ ਲੜਾਈਆਂ ਚੰਗੇ ਹਾਂ ਕੋਈ ਲੜਾਈ ਕੋ ਫਾਇਦਾ ਹੈ ਇਹ ਮਾਰ ਸਾਹਿਬ ਲੜਾਈ ਛੜਾਈ ਨਾ ਕੀਤੀ ਕਰੋ ਠੀਕ ਹੈ ਨਾ ਹਾਂ ਬਾਤ ਜੋ ਮੇਰਾ ਆਦ ਕੋਈ ਕੋ ਪੈਸੇ ਦੇ ਦੇਵੇ ਠੀਕ ਹੈ ਮਾਰ ਸਾਹਿਬ ਬੜੇ ਬੜੇ ਅੱਛੇ ਬੰਦੇ ਨੇ ਹਾਂ ਠੀਕ ਬਸ